ਗੁੱਡ ਇਵਨਿੰਗ ਟੂ ਆਲ ਅੱਜ ਜਿਸੀ ਤੁਹਾਡੇ ਸਾਹਮਣੇ ਕਿਊ ਕਾਰਡ ਪੇਸ਼ ਕਰਨ ਲੱਗੇ ਆ ਇਹ ਜਿਹੜਾ ਕਿਊ ਕਾਰਡ ਹੈ ਇਹ ਬਿਲਕੁਲ ਨਵਾਂ 2020 ਦੇ ਵਿੱਚ ਨਵਾਂ ਆਇਆ ਇਹ ਕਿਊ ਕਾਰਡ ਤੇ ਪਲੀਜ਼ ਇਹ ਕਿਊ ਕਾਰਡ ਤੁਸੀਂ ਦੇਖ ਲਿਓ ਤੇ ਆਪਦੇ ਆਈਡੀਆ ਤੁਸੀਂ ਇੱਥੋਂ ਆਈਡੀਆ ਲੈ ਸਕਦੇ ਹੋ ਔਰ ਆਪਦੀ ਆਈਡੀਆ ਵੀ ਜਨਰੇਟ ਕਰ ਸਕਦੇ ਹੋ ਇਸ ਕਿਊ ਕਾਰਡ ਦੇ ਵਿੱਚ ਕਿਉਂਕਿ ਇਹ ਕਿਊ ਕਾਰਡ ਬਹੁਤ ਹੀ ਵਧੀਆ ਬਣਾਇਆ ਗਿਆ ਬਹੁਤ ਐਫਰਟ ਲੱਗੇ ਨੇ ਇਸ ਕਿਊ ਕਾਰਡ ਨੂੰ ਬਣਾਉਣ ਦੇ ਲਈ ਸੋ ਉਹਨੂੰ ਦੇਖਦੇ ਜਾਈਓ ਕਿਊ ਕਾਰਡ ਕਿਊ ਕਾਰਡ ਦਾ ਨਾਮ ਹੈ ਡਿਸਕ੍ਰਾਈਬ ਏ ਵੋਲੰਟੀਅਰ ਐਕਸਪੀਰੀਅੰਸ ਇਨ ਮਾਈ ਲਾਈਫ ਕਹਿੰਦੇ ਡਿਸਕ੍ਰਾਈਬ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵੋਲੰਟੀਅਰ ਐਕਸਪੀਰੀਅੰਸ ਆ ਉਹ ਡਿਸਕ੍ਰਾਈਬ ਕਰਨਾ ਵੋਲੰਟੀਅਰ ਐਕਸਪੀਰੀਅੰਸ ਦਾ ਮਤਲਬ ਜਦੋਂ ਤੁਸੀਂ ਆਪ ਦੇ ਦਿਲ ਦੇ ਨਾਲ ਆਪਣੇ ਮਨ ਦੇ ਨਾਲ ਕਿਸੇ ਦੀ ਹੈਲਪ ਕੀਤੀ ਹੋਵੇ ਸੋ ਕੁਐਸਚਨਸ ਕੀ ਕੀ ਐਗਜ਼ਾਮੀਨਰ ਪੁੱਛ ਸਕਦਾ ਵਾਟ ਇਟ ਵਾਸ ਕਿਹੜਾ ਉਹ ਐਕਸਪੀਰੀਅੰਸ ਆ ਵੇਅਰ ਇਟ ਵਾਸ ਕਿੱਥੇ ਸੀ ਵਾਈ ਯੂ ਵੋਲੰਟੀਅਰ ਤੁਸੀਂ ਕਿਉਂ ਵੋਲੰਟੀਅਰ ਬਣੇ ਹਾਊ ਯੂ ਫੈਲਟ ਅਬਾਊਟ ਇਟ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਸੋ ਸਟਾਰਟਿੰਗ ਜਿਹੜੀ ਜਨਰਲ ਲਾਈਨ ਉਹ ਆਪਣੀ ਕਿਵੇਂ ਹੋਗੀ ਵੋਲੰਟੀਅਰ ਐਕ ਆਫਰਸ ਵਾਈਟਲ ਹੈਲਪ ਟੂ ਪੀਪਲ ਇਨ ਨੀਡ ਵਰਥਵਾਈਲ ਕਾਜ਼ਸ ਐਂਡ ਦ ਕਮਿਊਨਿਟੀ ਬਟ ਦ ਬੈਨੀਫਿਟਸ ਕੈਨ ਬੀ ਇਵਨ ਗ੍ਰੇਟਰ ਫॉर ਯੂ ਦ ਵੋਲੰਟੀਅਰ ਕਹਿੰਦੇ ਜਿਹੜੀ ਵੋਲੰਟੀਅਰ ਆਫਰ ਕਰਦੀ ਆ ਹੈਲਪ ਕਰਦੀ ਉਹਨਾਂ ਲੋਕਾਂ ਦੀ ਜਿਹੜੀ ਮੁਸੀਬਤ ਵਿੱਚ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ ਹੈਲਪ ਦੀ ਜਾਂ ਕੋਈ ਵੀ ਕਾਰਨ ਹੋ ਸਕਦਾ ਜਾਂ ਫਿਰ ਕਮਿਊਨਿਟੀ ਮਤਲਬ ਸੋਸਾਇਟੀ ਵਿੱਚ ਵਿੱਚ ਰਹਿਣ ਵਾਲੇ ਲੋਕਾਂ ਦੀ ਬਟ ਇਹਦੇ ਨਾਲ ਜਿਹੜੇ ਬੈਨੀਫਿਟਸ ਆ ਉਹ ਤੁਹਾਨੂੰ ਹੀ ਬਹੁਤ ਜ਼ਿਆਦਾ ਮਿਲਦੇ ਆ ਵਲੰਟੀਅਰ ਹੋਣ ਦੇ ਆਈ ਫੀਲ ਇਨਕ੍ਰੈਡੀਬਲੀ ਬlesਟ ਟੂ ਬੀ ਏਬਲ ਟੂ ਸੇ ਥੈਟ ਆਈ ਹੈਡ ਨੂਮਰਸ ਅਮੇਜ਼ਿੰਗ ਵਲੰਟੀਅਰ ਐਕਸਪੀਰੀਅੰਸ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਮੈਂ ਆਪਦੇ ਆਪ ਨੂੰ ਬਹੁਤ ਵਧੀਆ ਮੰਨਦਾ ਤੇ ਇਹੇ ਕਹਿਣ ਦੇ ਵਿੱਚ ਕਿ ਮੇਰੇ ਕੋਲ ਬਹੁਤ ਸਾਰੇ ਜਿਹੜੇ ਵਲੰਟੀਅਰ ਐਕਸਪੀਰੀਅੰਸ ਨੇ ਆਪਣੀ ਲਾਈਫ ਦੇ ਵਿੱਚ ਬਟ ਰੀਸੈਂਟਲੀ ਆਈ ਗਾਟ ਐਨ ਓਪਰਚ्युनिटी ਟੂ ਵਲੰਟੀਅਰ ਐਂਡ ਆਈ ਰੀਅਲੀ ਲਾਈਕਡ ਇਟ ਕਹਿੰਦੇ ਰੀਸੈਂਟਲੀ ਮੈਨੂੰ ਇੱਕ ਆਪਰਚੂਨਿਟੀ ਮਿਲੀ ਇੱਕ ਵੋਲੰਟੀਅਰ ਬਣਨ ਦੀ ਐਂਡ ਜਿਹਨੂੰ ਕਿ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ ਇਨ ਮਾਰਚ 2020 ਕਹਿੰਦੇ ਮਾਰਚ 2020 ਦੇ ਵਿੱਚ ਵੈਨ ਦਾ ਕੋਰੋਨਾ ਪੈਂਡੇਮਿਕ ਸਟਾਰਟਡ ਇਨ ਇੰਡੀਆ ਕਹਿੰਦੇ ਜਦੋਂ ਜਿਹੜੀ ਕੋਰੋਨਾ ਦੀ ਬਿਮਾਰੀ ਸੀ ਉਹ ਇੰਡੀਆ ਦੇ ਵਿੱਚ ਸਟਾਰਟ ਹੋਈ ਸੀ आवर ਪ੍ਰਾਈਮ ਮਿਨਿਸਟਰ ਆਰਡਰਡ ਅ ਕੰਪਲੀਟ ਲਾਕਡਾਊਨ ਇਨ ਦਾ ਹੋਲ ਆਫ ਇੰਡੀਆ ਤੇ ਆਪਣਾ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਉਹਨਾਂ ਨੇ ਆਰਡਰ ਕੀਤੇ ਸੀ ਕੰਪਲੀਟ ਲਾਕਡਾਊਨ ਦੇ ਮੈਨੀ ਲੇਬਰ ਕਲਾਸਿਸ ਪੀਪਲ ਵਾਜ਼ ਜੌਬਲੈਸ all of a sudden who depend on their daily earning for their living ਕਹਿੰਦੇ ਬਹੁਤ ਸਾਰੇ ਜਿਹੜੇ ਬੇਰੋਜ਼ਗਾਰ ਜਿਹੜੇ ਲੋਕ ਮਜ਼ਦੂਰੀ ਕਰਦੇ ਸੀਗੇ ਉਸ ਤਰ੍ਹਾਂ ਦੀ ਜਿਹੜੀ ਕਲਾਸ ਦੇ ਲੋਕ ਸੀਗੇ ਉਹ ਜੌਬਲੈਸ ਹੋ ਗਏ ਸੀ ਉਹਨਾਂ ਨੂੰ ਕੋਈ ਜੌਬ ਨਹੀਂ ਸੀ ਮਿਲੀ ਅਚਾਨਕ ਹੀ who depend ਜਿਨ੍ਹਾਂ ਦੀ ਜਿਹੜੇ ਉਹ ਡੇਲੀ ਕਮਾਉਂਦੇ ਸੀ ਔਰ ਡੇਲੀ ਆਪਣੀ ਜ਼ਿੰਦਗੀ ਜੀਣ ਦੇ ਲਈ ਖਰਚ ਕਰਦੇ ਸੀ ਉਹਨਾਂ ਲੋਕਾਂ ਦੀ ਜੌਬ ਚਲੀ ਗਈ ਸੀ there is an ngo in my hometown which advertised through tv that they needed volunteers to provide food and other essential things to these people kende sade ek hometown de vich ek ngo si jinna ne advertise kita tv de through ki onna nu no volunteers de loda jehdi food provide karugi te hor vi kai zaruratiyan chizaan inna lokaan nu no, jinna di jobs jehdi si chali gayi si my friend and i decided to volunteer and call the ngo kende mera friend te main decide kita uh, volunteerar banan de layi te ngo nu call kiti they told us that kende unhan ne sanu dassya either we could help with the cooking or with the delivery of food packets kende ja ta tusi help kar sakde ho cooking de naal kuch banake ya ja fir delivery kar sakde ho jehde packets bane honge food packets we volunteered for cooking kende assi ਉਹ ਵਲੰਟਰੀ ਬਣੀ ਕੁਕਿੰਗ ਦੇ ਲਈ ਐਂਡ ਵੀ ਵੈਂਟ ਫॉर ਅ ਹੋਲ ਮੰਥ ਕਹਿੰਦੇ ਅਸੀਂ ਸਾਰਾ ਮਹੀਨਾ ਗਈ ਐਂਡ ਕੁਕਡ ਫੂਡ ਫੂਡ ਬਣਾਇਆ ਫॉर ðiਸ ਲੇਬਰਸ ਫ্রম ਮਾਰਨਿੰਗ ਟਿਲ ਇਵਨਿੰਗ ਤਾਂ ਉਹਨਾਂ ਨੂੰ ਜਿਹੜੇ ਲੇਬਰਸ ਸੀਗੇ ਜਿਨ੍ਹਾਂ ਲੋਕਾਂ ਦੀ ਜੌਬ ਜਾ ਚੁੱਕੀ ਸੀ ਉਹਨਾਂ ਨੂੰ ਵੰਡਿਆ ਭੋਜਨ ਮਾਰਨਿੰਗ ਤੋਂ ਲੈ ਕੇ ਇਵਨਿੰਗ ਤੱਕ of course we all took proper precautions and we were always mask kende assi apni jehdi proper precautions rakhi ta hamesha assi mask de vich rahe it was very tiring but it give us gave us good happiness kende but mere layi bahut okha si but mainu bahut zyada khushi mehsoos ho rahi si for the first time kende first time de layi i realized that doing for others gives a satisfaction ਕਹਿੰਦੇ ਮੈਂ ਮਹਿਸੂਸ ਕੀਤਾ ਕਿ ਦੂਜਿਆਂ ਲਈ ਕੰਮ ਕਰਨਾ ਜਿਹੜਾ ਜਿਨ੍ਹਾਂ ਨੇ ਮੈਨੂੰ ਇੱਕ ਸੈਟੀਸਫੈਕਸ਼ਨ ਜਿੱਥੋਂ ਮੈਨੂੰ ਮਿਲੀ ਆਈ ਹੈਵ ਲਰਨਟ ਟੂ ਵੈਲਿਊ what i have and not creep for what i don't have ਕਹਿੰਦੇ ਮੈਂ ਇਹ ਹੀ ਸਿੱਖਿਆ ਇਹ ਚੰਗੀਆਂ ਚੀਜ਼ਾਂ ਸਿੱਖਿਓ ਨਾ ਗਰੀਬ ਲੋਕਾਂ ਤੋਂ ਕਿ ਜਿੰਨਾ ਹੈ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਔਰ ਜੋ ਨਹੀਂ ਹੈਗਾ ਉਹਦੇ ਬਾਰੇ ਨਾ ਸੋਚੋ ਉਹਦੇ ਬਾਰੇ ਨਾ ਘਬਰਾਓ ਡੂਰਿੰਗ ਥਿਸ ਡੇਸ ਮਾਈ ਫੈਮਿਲੀ ਆਲਸੋ سپورਟਡ ਮੀ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਮੇਰੀ ਜਿਹੜੀ ਫੈਮਿਲੀ ਸੀ ਉਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਮੇਰੀ ਸੋ ਥਿਸ ਵਾਸ ਦਾ ਮੋਸਟ ਰਿਵਾਈਡਿੰਗ ਐਂਡ ਲਾਈਫ ਚੇਂਜਿੰਗ ਐਕਸਪੀਰੀਅੰਸ ਆਫ ਮਾਈ ਲਾਈਫ ਇਸ ਕਰਕੇ ਇਹ ਮੇਰੀ ਜ਼ਿੰਦਗੀ ਦਾ ਬਹੁਤ ਵਧੀਆ ਐਕਸਪੀਰੀਅੰਸ ਸੀ ਜਿਨ੍ਹਾਂ ਨੇ ਮੇਰੀ ਲਾਈਫ ਨੂੰ ਚੇਂਜ ਕਰ ਦਿੱਤਾ ਸੀ ਸੋ ਇਹ ਸੀ ਤੁਹਾਡੇ ਕੋਲ ਕਿਊ ਕਾਰਡ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ ਕਿਉਂਕਿ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਆਈਡੀਆ ਲਵੋਗੇ ਤਾਂ ਤੁਹਾਡੇ ਬੈਂਡ ਸਕੋਰ ਆ ਬਹੁਤ ਵਧੀਆ ਆਣਗੇ ਐਗਜ਼ਾਮ ਦੇ ਵਿੱਚ ਤੇ ਪਲੀਜ਼ ਸਾਡੇ ਚੈਨਲ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜਿਆਦਾ ਇਨਫੋਰਮੇਸ਼ਨ ਲੈਣ ਦੇ ਲਈ ਸਾਨੂੰ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦਾਂਗੇ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਥੈਂਕ ਯੂ